ਦੋਸਤੋ ਅੱਜ ਤੁਹਾਡੇ ਨਾਲ 4 ਜੂਨ ਦੀਆਂ ਸਿੱਖ ਹਿਸਟਰੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਾਂਗਾ। ਸਭ ਤੋਂ ਪਹਿਲੀ ਘਟਨਾ 1606 ਦੀ ਹੈ। ਤੁਸੀਂ ਜਾਣਦੇ ਹੋ ਕਿ ਗੁਰੂ ਅਰਜਨ ਸਾਹਿਬ ਨੂੰ 30 ਮਈ 1606 ਦੇ ਦਿਨ ਲਾਹੌਰ ਵਿੱਚ ਰਾਵੀ ਦਰਿਆ ਦੇ ਕੰਢੇ ਤਪਦੀ ਰੇਤ ਜਿਹਨੂੰ ਤੱਤੀ ਤਵੀ ਕਹਿੰਦੇ ਹੁੰਦੇ ਸਨ, ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ 4 ਦਿਨ ਤਸੀਏ ਦੇਣ ਤੋਂ ਬਾਅਦ ਪੱਥਰ ਬਣ ਕੇ ਦਰਿਆ ਰਾਵੀ ਵਿੱਚ ਰੋੜ ਦਿੱਤਾ ਗਿਆ ਸੀ। ਕਿਉਂਕਿ ਇਹ ਸਾਰਾ ਕੁਛ ਜਹਾਂਗੀਰ ਦੇ ਹੁਕਮ ਹੇਠਾਂ ਹੋਇਆ ਸੀ ਅਤੇ ਜਹਾਂਗੀਰ ਦੇ ਹੁਕਮ 'ਚ ਲਿਖਿਆ ਸੀਗਾ ਬਈ ਗੁਰੂ ਅਰਜਨ ਸਾਹਿਬ ਦੇ ਪਰਿਵਾਰ ਅਤੇ ਉਹਨਾਂ ਦੀ ਜਾਇਦਾਦ ਨੂੰ ਵੀ ਕਬਜ਼ੇ ਵਿੱਚ ਲੈ ਕੇ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤਾ ਜਾਵੇ। ਮੁਰਤਜ਼ਾ ਖਾਨ ਲਾਹੌਰ ਦਾ ਫੌਜਦਾਰ ਸੀ, ਇਹ ਖਿਆਲ ਰਵੇ ਕਿ ਉਹ ਬਾਅਦ ਵਿੱਚ ਜਿਹੜਾ ਲਾਹੌਰ ਦਾ ਗਵਰਨਰ ਬਣਾਇਆ, ਲਾਹੌਰ ਸੂਬੇ ਦਾ ਜਿਹੜਾ ਗਵਰਨਰ ਬਣਾਇਆ ਗਿਆ ਸੀ, ਸੂਬੇਦਾਰ ਬਣਾਇਆ ਗਿਆ ਸੀ, ਫੌਜਦਾਰ ਤੋਂ ਸੂਬੇਦਾਰ ਬਣਾਇਆ ਗਿਆ ਸੀ। ਤੋ ਕਿਉਂਕਿ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਉਹ ਗੋਇੰਦਵਾਲ 'ਚ ਬੈਠੇ ਸਨ, ਉਹਨਾਂ ਇਹ ਮਹਿਸੂਸ ਕੀਤਾ ਵੀ ਹੋ ਸਕਦਾ ਕਿ ਜ਼ਾਲਮ ਲੋਕ ਜਿਹੜੇ ਨੇ ਗ੍ਰਿਫਤਾਰ ਕਰਨ ਆ ਜਾਣ। ਇਸ ਕਰਕੇ ਗੁਰੂ ਅਰਜਨ ਸਾਹਿਬ ਦੀ ਪਤਨੀ ਮਾਤਾ ਗੰਗਾ, ਉਹਨਾਂ ਦਾ ਬੇਟਾ ਜਿਹੜਾ ਬਾਅਦ 'ਚ ਗੁਰੂ ਬਣਿਆ ਗੁਰੂ ਹਰਗੋਬਿੰਦ ਸਾਹਿਬ, ਅਤੇ ਉਹਨਾਂ ਦੀ ਗੁਰੂ ਅਰਜਨ ਸਾਹਿਬ ਦੀ ਪਤਨੀ ਦਮੋਦਰੀ ਜਿਹੜੇ ਆ, 4 ਜੂਨ ਨੂੰ ਗੋਇੰਦਵਾਲ ਤੋਂ ਚੱਲ ਕੇ ਅਤੇ ਡੋਲੀ ਪਾਈ ਪਿੰਡ ਵੱਲ ਚੱਲ ਪਏ। ਡੋਲੀ ਪਾਈ ਪਿੰਡ ਮੋਗੇ ਦੇ ਨੇੜੇ ਡਗਰੂ ਦੇ ਨਾਲ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਹੁਤ ਪੁਰਾਣਾ ਸਰੂਪ ਵੀ ਪਿਆ 1690 ਵਾਲਾ। ਤੋ ਉੱਥੇ ਚਲੇ ਗਿਆ ਕਿਉਂਕਿ ਉੱਥੇ ਦਮੋਦਰੀ ਦੀ ਭੈਣ ਜਿਹੜੀ ਹੈ ਉਹਦੇ ਘਰ ਵਾਲਾ, ਯਾਨੀ ਗੁਰੂ ਅਰਜਨ ਸਾਹਿਬ ਦਾ ਸੰਡੂ ਜਿਹੜਾ ਸਾਈਂ ਦਾਸ ਉਹਦਾ ਘਰ ਸੀ, ਅਤੇ ਉੱਥੇ ਚਲੇ ਗਏ। ਹੁਣ ਉੱਥੇ ਉਹ ਤਕਰੀਬਨ 1.5 ਸਾਲ ਰਹੇ ਨੇ ਅਤੇ ਦਸੰਬਰ 1607 ਦੇ ਅਖੀਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਵਾਪਸ ਮੁੜੇ ਨੇ, ਕਿਉਂਕਿ ਉਦੋਂ ਤੱਕ ਜਿਹੜਾ ਮਾਹੌਲ ਤਕਰੀਬਨ ਸ਼ਾਂਤ ਹੋ ਚੁੱਕਾ ਸੀ ਅਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਹੁਣ ਗ੍ਰਿਫਤਾਰੀ ਵਾਲੀ ਗੱਲ ਖਤਮ ਹੋ ਚੁੱਕੀ ਹੈ। ਇਸ ਤੋਂ ਬਾਅਦ ਸਾਡੇ ਕੋਲ 1916 ਦੀ ਘਟਨਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ 1913 ਤੋਂ ਲੈ ਕੇ 16 ਤੱਕ ਗਦਰ ਪਾਰਟੀ ਨੇ ਬੜੇ ਵੱਡੇ ਕਾਰਨਾਮੇ ਕੀਤੇ ਸਨ, ਪਰ ਕਿਉਂਕਿ ਅੰਦਰ ਗੱਦਾਰ ਕਿਰਪਾਲ ਸਿੰਘ ਦੇ ਆਉਣ ਕਰਕੇ ਸਾਰੀ ਖਬਰ ਜਿਹੜੀ ਹੈ ਉਹ ਫੌਜ ਕੋਲ ਪਹੁੰਚਦੀ ਗਈ, ਔਰ ਹੋਰ ਵੀ ਕਈ ਗਲਤੀਆਂ ਜਿਹੜੀਆਂ ਗਦਰ ਲੀਡਰਾਂ ਨੇ ਕੀਤੀਆਂ ਜਿਹਦੇ ਕਰਕੇ ਇਹ ਲਹਿਰ ਫੇਲ ਹੋ ਗਈ ਔਰ ਬਹੁਤ ਸਾਰੇ ਗਦਰੀ ਆਗੂ ਗ੍ਰਿਫਤਾਰ ਕਰ ਲਏ ਗਏ। ਇਹ ਹਿਸਟਰੀ ਦੀ ਪਹਿਲੀ ਘਟਨਾ ਸੀ ਜਿਹਦੇ ਵਿੱਚ ਇੰਨੇ ਲੋਕਾਂ ਨੂੰ ਫਾਂਸੀ ਲਾਇਆ ਗਿਆ ਹੋਵੇ। ਬਹੁਤ ਸਾਰੇ ਲੋਕਾਂ ਨੂੰ ਫਾਂਸੀ ਲਾਇਆ ਗਿਆ, ਕਈਆਂ ਨੂੰ ਅੰਡੇਬਾਨ ਨਿਕੋਬਾਰ 'ਚ ਉਮਰ ਕੈਦ ਕੀਤੀ ਗਈ ਔਰ ਕਈਆਂ ਨੂੰ 10-10 ਸਾਲ ਅਤੇ ਛੋਟੀਆਂ ਕੈਦਾਂ ਵੀ ਕੀਤੀਆਂ ਗਈਆਂ। ਸੋ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਸਨ ਅਤੇ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਉਹਨਾਂ ਵਿੱਚੋਂ ਭਾਈ ਈਸ਼ਰ ਸਿੰਘ ਢੁੱਡੀ ਕੇ ਪਿੰਡ ਵਾਲੇ ਵੀ ਸਨ, ਜਿਹਨਾਂ ਨੂੰ 4 ਜੂਨ 1916 ਦੇ ਦਿਨ ਲਾਹੌਰ ਵਿੱਚ ਫਾਂਸੀ 'ਤੇ ਲਟਕਾਇਆ ਗਿਆ। ਇਹ ਗਦਰ ਪਾਰਟੀ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਵਿੱਚੋਂ ਇੱਕ ਅਹਿਮ ਕੁਰਬਾਨੀ ਸੀ। 1927 ਦੀ ਜਿਹੜੀ 4 ਜੂਨ ਹੈ ਉਹਦੀ ਘਟਨਾ ਵੀ ਇੱਕ ਅਹਿਮ ਹੈ। ਬਾਬਾ ਖੜਕ ਸਿੰਘ 5 ਸਾਲ ਕੈਦ ਕੱਟਣ ਮਗਰੋਂ ਰਿਹਾਅ ਹੋਏ ਸਨ। ਚੇਤੇ ਰਵੇ ਕਿ 4 ਅਪ੍ਰੈਲ 1922 ਦੇ ਦਿਨ ਬਾਬਾ ਖੜਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਅਤੇ 3 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ। ਖੜਕ ਸਿੰਘ ਡੇਰਾ ਗਾਜ਼ੀ ਖਾਨ ਜੇਲ੍ਹ ਵਿੱਚ ਬੰਦ ਸਨ। ਪਹਿਲਾਂ ਜੇਲ੍ਹ ਵਿੱਚ ਸਿੱਖ ਕੈਦੀਆਂ ਨੂੰ ਦਸਤਾਰ ਬੰਨ੍ਹਣ ਦੀ, ਪਗੜੀ ਬੰਨ੍ਹਣ ਦੀ ਇਜਾਜ਼ਤ ਸੀ, ਪਰ 22 ਜਨਵਰੀ 1923 ਦੇ ਦਿਨ ਇੱਕ ਅਜਿਹਾ ਜੇਲ੍ਹ ਸੁਪਰਡੈਂਟ ਆਇਆ ਜਿਸ ਨੇ ਸਿੱਖਾਂ ਨੂੰ ਅਤੇ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਗੋਰੇ ਨੇ ਆ ਕੇ ਸਿੱਖਾਂ ਨੂੰ ਬਾਰਕਾਂ ਵਿੱਚ ਬੰਦ ਕਰਕੇ, ਜਿਹੜੀਆਂ ਬੈਰਕਾਂ ਹੁੰਦੀਆਂ ਨੇ ਜੇਲ੍ਹਾਂ ਦੀਆਂ, ਉਹਦੇ 'ਚ ਬੰਦ ਕਰਕੇ ਨੰਬਰਦਾਰ ਅਤੇ ਵਾਰਡਨ ਮੰਗਵਾ ਕੇ ਜ਼ਬਰਦਸਤੀ ਸਿੱਖਾਂ ਦੀਆਂ ਦਸਤਾਰਾਂ ਨੂੰ ਆ ਰਹੀਆਂ। ਜਦੋਂ ਬਾਬਾ ਖੜਕ ਸਿੰਘ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਦੀ ਦਸਤਾਰ ਖੋਈ ਗਈ ਤਾਂ ਉਹਨਾਂ ਨੇ ਆਪਣੇ ਕਛਹਿਰੇ ਨੂੰ ਸਾਰੇ ਛੱਡ ਕੇ ਬਾਕੀ ਦੇ ਸਾਰੇ ਕੱਪੜੇ ਲਾਹ ਕੇ ਸੁਪਰਡੈਂਟ ਨੂੰ ਫੜਾ ਦਿੱਤੇ। ਇਸ ਮਗਰੋਂ 13 ਹੋਰ ਕੈਦੀਆਂ ਨੇ ਵੀ ਆਪਣੇ ਕੱਪੜੇ ਲਾਹ ਕੇ ਅਤੇ ਸੁਪਰਡੈਂਟ ਨੂੰ ਫੜਾ ਦਿੱਤੇ ਗਏ ਅਤੇ ਕਿਹਾ ਵੀ ਜਦੋਂ ਸਾਡੀਆਂ ਦਸਤਾਰਾਂ ਵਾਪਸ ਹੋਣਗੀਆਂ ਅਸੀਂ ਉਦੋਂ ਹੀ ਕੱਪੜੇ ਪਾਵਾਂਗੇ ਅਤੇ ਸਿਰਫ ਜਿਹੜੇ ਅੰਡਰਵੀਅਰ ਨਾਲ ਕਛਹਿਰਿਆਂ ਦੇ ਨਾਲ ਹੀ ਰਵਾਂਗੇ। ਇਹ ਜਿਹੜੇ 13 ਬੰਦੇ ਸਨ ਇਹ ਸਨ ਅਮਰ ਸਿੰਘ ਝਵਾਰ, ਉਹਨਾਂ ਦਾ ਭਰਾ ਜਸਵੰਤ ਸਿੰਘ ਝਵਾਰ, ਗੰਡਾ ਸਿੰਘ ਕੈਨੇਡੀਅਨ ਗਦਰ ਪਾਰਟੀ ਵਾਲਾ ਹੁਸ਼ਿਆਰਪੁਰ ਦਾ, ਸੰਤੋਖ ਸਿੰਘ ਵਿਦਿਆਰਥੀ ਜਿਹੜਾ ਬੜਾ ਵੱਡਾ ਕਵੀ ਵੀ ਸੀ, ਊਧਮ ਸਿੰਘ ਹੁਸ਼ਿਆਰਪੁਰੀ, ਸੈਯਦ ਮੌਲਾਨਾ ਮੁਹੰਮਦ ਇਸਮਾਇਲ ਗਜ਼ਨਵੀ, ਭਾਈ ਪੋਲੋ ਰਾਮ ਆਨੰਦਪੁਰੀ ਅਤੇ ਕਾਸ਼ੀ ਰਾਮ ਹਿਸਾਰ ਦਾ ਰਹਿਣ ਵਾਲਾ ਸੀਗਾ। ਇਹਨਾਂ ਸਾਰਿਆਂ ਨੇ ਆਪਣੇ ਕੱਪੜੇ ਲਾ ਕੇ ਦਿੱਤੇ। ਬਾਬਾ ਖੜਕ ਸਿੰਘ ਨੂੰ ਪਹਿਲਾਂ 3 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਖਟਿਆ, ਪਰ ਉਹਨਾਂ ਨੂੰ ਇਹ ਕੱਪੜੇ ਨਾ ਪਾਉਣ ਅਤੇ ਸਿਰਫ ਕਛਹਿਰੇ ਨਾਲ ਰਹਿਣ ਕਰਕੇ ਉਹਨਾਂ ਦੀ ਕੈਦ 2 ਸਾਲ ਹੋਰ ਵਧਾ ਦਿੱਤੀ ਗਈ। ਇਹ ਸਜ਼ਾ ਦਿੱਤੀ ਗਈ ਕਿ ਉਹ ਕੱਪੜਿਆਂ ਤੋਂ ਬਿਨਾਂ ਰਹਿ ਰਹੇ, ਤੋ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਹੈ ਕੈਦ ਵਧਾ ਦਿੱਤੀ ਗਈ। ਖੜਕ ਸਿੰਘ ਵੀ ਕਮਾਲ ਦਾ ਸ਼ਖਸ ਸੀਗਾ, ਬਹੁਤ ਜ਼ਿੱਦੀ ਔਰ ਅੜਬ ਬੰਦਾ ਸੀ, ਉਸਨੇ ਫਿਰ ਵੀ ਕੱਪੜੇ ਨਾ ਪਾਏ ਜਦ ਤੱਕ ਉਹਨੂੰ ਦਸਤਾਰ ਨਹੀਂ ਮਿਲੀ। ਤੋ ਅਖੀਰ ਤੱਕ ਉਹਨੂੰ ਦਸਤਾਰ ਨਹੀਂ ਦਿੱਤੀ ਗਈ, ਤੋ ਪੂਰੇ 5 ਸਾਲ ਕੱਟ ਕੇ ਉਹ ਜਿਹੜਾ 1927 ਦੀ 4 ਜੂਨ ਨੂੰ ਰਿਹਾਅ ਹੋਇਆ, ਅਤੇ ਜਦੋਂ ਉਹ ਰਿਹਾਅ ਹੋਇਆ
ਇਹ ਵੀ ਕਮਾਲ ਦੀ ਗੱਲ ਹੈ ਕਿ ਉਹਦੇ ਸਿਰਫ ਜਿਸਮ 'ਤੇ ਕਛਹਿਰਾ ਸੀ ਅਤੇ ਉਹਦੀ ਕਛਹਿਰੇ ਵਾਲੀ ਖਾਦੀ ਤਸਵੀਰ ਜਿਹੜੀ ਹੈ ਉਹ ਮੇਰੀ ਕਿਤਾਬ ਵਿੱਚ ਛਪੀ ਹੋਈ ਮਿਲਦੀ ਹੈ। 1984 ਵਿੱਚ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ ਮੈਂ ਪਿਛਲੇ ਦਿਨ ਵਿੱਚ ਕਿ 3 ਜੂਨ ਨੂੰ ਆ ਕੇ ਪੁਜੀਸ਼ਨਾਂ ਲੈ ਲਈਆਂ ਸਨ ਫੌਜ ਨੇ ਅਤੇ 4 ਜੂਨ ਸਵੇਰੇ 4:40 'ਤੇ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਇਸ ਹਮਲਾ ਕਰਨ ਤੋਂ ਪਹਿਲਾਂ ਅੱਧੀ ਰਾਤ ਨੂੰ ਸਰ ਫੌਜ ਨੇ ਦਰਬਾਰ ਸਾਹਿਬ ਦੀ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ। ਸਭ ਤੋਂ ਪਹਿਲਾਂ ਅੱਗੇ ਭੇਜੀਆਂ ਜਾਣ ਵਾਲੀਆਂ 4 ਪਿਆਦਾ ਬਟਾਲੀਅਨਾਂ ਅਤੇ 2 ਕੰਪਨੀਆਂ ਦੀ ਗਿਣਤੀ ਦੇ ਬਰਾਬਰ ਦੇ ਕਮਾਂਡੋ ਸਨ। ਇਹਨਾਂ ਪਹਿਲੀ ਹਮਲਾਵਰ ਫੌਜ ਨੂੰ ਇੰਝ ਵੰਡਿਆ ਗਿਆ ਸੀ ਵੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਉੱਤਰ ਪੱਛਮੀ ਬਾਹੀਆਂ ਯਾਨੀ ਘੰਟਾ ਘਰ ਤੋਂ ਅਕਾਲ ਤਖ਼ਤ ਤੱਕ ਦੀ ਜਿਹੜਾ ਇਲਾਕਾ ਹੈ, 1 ਪਿਆਦਾ ਬਟਾਲੀਅਨ, 1 ਕੰਪਨੀ ਪੈਰਾ ਕਮਾਂਡੋ, 1 ਕੰਪਨੀ ਸਪੈਸ਼ਲ ਬਾਰਡਰ ਫੋਰਸ SFS। ਦੂਸਰਾ ਸੀਗਾ ਦਰਬਾਰ ਸਾਹਿਬ ਦੇ ਅੰਦਰੂਨੀ ਵਾਸਤੇ ਕਮਾਂਡੋ ਟੋਲਿਆਂ ਦੀ ਹੱਲਾ ਬੋਲ ਟੋਲੀ ਜਿਹੜੀ ਇੱਕਦਮ ਐਕਸ਼ਨ ਕਰਦੀ ਹੈ। ਤੀਸਰਾ ਸੀਗਾ ਦਰਬਾਰ ਸਾਹਿਬ ਦੀ ਦੱਖਣ ਅਤੇ ਪੂਰਬੀ ਬਾਵਾਂ, ਆਟਾ ਮੰਡੀ, ਸਿੱਖ ਰੈਫਰੈਂਸ ਬੁਲਾਰੀ, ਲਾਇਬ੍ਰੇਰੀ, ਮੰਜੀ ਸਾਹਿਬ ਅਤੇ ਬਾਬਾ ਟਲ, ਇਸ ਯੂਨਿਟ ਵਾਲੀ ਸਾਈਡ 'ਤੇ ਅਸੀਂ 1 ਪਿਆਦਾ ਬਟਾਲੀਅਨ, ਇਹਨਾਂ ਸਾਰੀਆਂ ਵਾਸਤੇ 1 ਪਿਆਦਾ ਬਟਾਲੀਅਨ ਜਿਹੜੀ ਸੀ ਉਹ ਰਿਜ਼ਰਵ ਰੱਖੀ ਗਈ। ਅਤੇ 5ਵੀਂ ਸੀ ਘੇਰਾਬੰਦੀ ਕਰਨ ਵਾਸਤੇ ਵੀ 1 ਪਿਆਦਾ ਬਟਾਲੀਅਨ ਜਿਹਨੇ ਸਾਰੇ ਪਾਸਿਓਂ ਘੇਰਾ ਪਾਇਆ ਹੋਇਆ ਸੀਗਾ। ਫੌਜ ਨੇ ਹਮਲਾ ਕਰਨ ਵੇਲੇ ਸਭ ਤੋਂ ਪਹਿਲਾਂ ਰਾਮਗੜੀਆ ਬੁੰਗਿਆਂ ਅਤੇ ਗੁਰੂ ਰਾਮਦਾਸ ਰਾਂ ਦੇ ਪਿੱਛੇ ਜਿਹੜੀ ਟੈਂਕੀ ਬਣੀ ਹੋਈ ਸੀ ਪਾਣੀ ਦੀ, ਉਸ ਦੇ ਉੱਤੇ 106 mm ਦੀ ਤੋਪ ਦੇ 3.7 ਇੰਚ ਦੀ ਹਾਊ ਵਿਸਟਰ ਨਾਲ ਗੋਲੇ ਦਾਗਣੇ ਸ਼ੁਰੂ ਕੀਤੇ। ਇਹ ਹਾਊ ਵਿਸਟਰ ਜਿਹੜੀ ਹੈ ਗਨ ਹੈ, ਇਹ ਆਪਣੇ ਬਹੁਤ ਜ਼ਿਆਦਾ ਪਾਵਰਫੁੱਲ ਮੰਨੀ ਜਾਂਦੀ ਹੈ ਔਰ ਇਸ ਦੇ ਗੋਲੇ ਵੀ ਜਿਹੜੇ ਬੜੇ ਜ਼ਬਰਦਸਤ ਹੁੰਦੇ ਆ। ਇਹਦੇ ਨਾਲ ਟੈਂਕੀ ਦਾ ਉੱਪਰਲਾ ਹਿੱਸਾ ਟੁੱਟ ਗਿਆ, ਪਾਣੀ ਦਾ ਸਾਰਾ ਜਿਹੜਾ ਸੀ ਜ਼ਮੀਨ 'ਤੇ ਅੱਡ ਗਿਆ। ਬੁੰਗਿਆਂ ਦਾ ਕੁਝ ਹਿੱਸਾ ਵੀ ਜਿਹੜਾ ਉਹ ਜ਼ਖਮੀ ਹੋਇਆ। ਬੁੰਗਿਆਂ ਦੀ ਜਿਹੜੀ ਪੁਰਾਣੀ ਤਸਵੀਰ ਸਾਨੂੰ ਮਿਲ ਜਾਂਦੀ ਅਤੇ ਹੁਣ ਜੋ ਬੁੰਗਿਆਂ 'ਤੇ ਪਲਸਤਰ ਕਰਕੇ ਉਸਦਾ ਪੁਰਾਤਨ ਸਰੂਪ ਖਤਮ ਕਰਕੇ ਬੇੜਾ ਗਰਕ ਕਰ ਦਿੱਤਾ ਗਿਆ, ਜਿੱਦਾਂ ਕਾਰ ਸੇਵਾ ਵਾਲਿਆਂ ਨੇ ਪੁਰਾਣੀਆਂ ਇਮਾਰਤਾਂ ਦਾ ਬੇੜਾ ਕੀਤਾ ਹੈ ਗਰਕ, ਇਸ ਤਰ੍ਹਾਂ ਜਿਨ੍ਹਾਂ ਨੇ ਬੁੰਗਿਆਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਵੀ ਬੇੜਾ ਗਰਕ ਕਰ ਦਿੱਤਾ ਹੈ। ਖੈਰ, ਸੋ ਬੁੰਗਿਆਂ ਦਾ ਉੱਪਰ ਦਾ ਹਿੱਸਾ ਤਬਾਹ ਹੋ ਗਿਆ ਸੀ। ਇਸ ਦੇ ਨਾਲ ਹੀ ਇਹ ਲੜਾਈ, ਇਹ ਮੋਰਚਾ ਜਿਹਾ ਸੀ ਬਬਰ ਖਾਲਸਾ ਦੇ ਲੋਕ ਸਨ ਜਿਹੜੇ ਇੱਥੇ ਬੈਠੇ ਸਨ, ਬਿਨਾਂ ਕੁਛ ਐਕਸ਼ਨ ਕੀਤੀ ਹੋਈ ਜਿਹੜਾ ਖਤਮ ਹੋ ਗਿਆ। ਭਾਵੇਂ ਅਸਲ ਲੜਾਈ ਜਿਹੜੀ ਹੈ 4 ਜੂਨ ਨੂੰ 4:40 ਸ਼ੁਰੂ ਹੋਈ ਹੈ, ਪਰ ਫੌਜੀ ਹਮਲੇ ਦਾ ਚੀਫ ਬਰਾੜ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ 'ਚ ਝੂਠ ਲਿਖਦਾ ਹੈ ਕਿ ਇਸ ਨੂੰ 5 ਜੂਨ ਸ਼ਾਮ 5:30 ਜਿਹੜਾ ਉਸ ਵੇਲੇ ਤਿਆਰੀ ਕੀਤੀ ਗਈ ਸੀ ਅਤੇ ਦਰਬਾਰ ਸਾਹਿਬ 'ਚ ਲੋਕਾਂ ਨੂੰ ਬਾਹਰ ਆਉਣ ਵਾਸਤੇ ਕਿਹਾ ਗਿਆ ਸੀ, ਜਦਕਿ ਇਹ ਬਿਲਕੁਲ ਝੂਠ ਹੈ। ਬਰਾੜ ਦੇ ਮੁਤਾਬਕ ਇਹ ਐਲਾਨ ਜਿਹੜੇ ਨੇ 5:30 ਤੋਂ 7 ਵਜੇ ਤੱਕ ਕੀਤੇ ਜਾਂਦੇ ਰਹੇ। ਉਹਦਾ ਕਹਿਣਾ ਸੀ 7 ਵਜੇ ਦੇ ਕਰੀਬ 129 ਆਦਮੀ, ਔਰਤਾਂ ਅਤੇ ਬੱਚੇ ਬਾਹਰ ਆਏ, ਇਹਨਾਂ ਬਾਲਗਾਂ ਵਿੱਚੋਂ ਬਹੁਤੇ ਬਿਮਾਰ ਸਨ। ਬਰਾੜ ਦੀ ਦਿੱਤੀ ਹੋਈ ਤਾਰੀਖ ਅਤੇ ਵਕਤ ਦੋਵੇਂ ਗਲਤ ਸਨ। ਅਸਲ 'ਚ ਬਰਾੜ ਦੀ ਜਿਹੜੀ ਤਾਰੀਖ ਹੈ ਉਹ ਆਖਰੀ ਵੱਡੇ ਹਮਲੇ ਦੀ ਸ਼ੁਰੂਆਤ ਹੈ। ਸੋ ਆਮ ਤੌਰ 'ਤੇ ਕਿਹਾ ਜਾਂਦਾ ਕਿ ਭਾਰਤੀ ਫੌਜ ਨੇ ਸਿਰਫ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਜਦਕਿ ਕੁਝ ਲੇਖਕ ਲਿਖਦੇ ਹਨ ਕਿ 37 ਗੁਰਦੁਆਰਿਆਂ ਹੋਰਾਂ 'ਤੇ ਹਮਲਾ ਕੀਤਾ ਗਿਆ। ਹਕੀਕਤ ਇਹ ਹੈ ਕਿ ਤਕਰੀਬਨ 125 ਗੁਰਦੁਆਰਿਆਂ 'ਤੇ ਹਮਲਾ ਕੀਤਾ ਗਿਆ। ਇਹਨਾਂ ਵਿੱਚੋਂ ਦਰਬਾਰ ਸਾਹਿਬ ਅੰਮ੍ਰਿਤਸਰ, ਦੁੱਖ ਨਿਵਾਰਨ ਪਟਿਆਲਾ ਅਤੇ ਮੁਕਤਸਰ ਅਤੇ ਹੋਰ ਥਾਵਾਂ 'ਤੇ ਸੈਂਕੜੇ ਸਿੱਖ ਜਿਹੜੇ ਆ ਉਹ ਸ਼ਹੀਦ ਪਹਿਲੇ ਦਿਨ 'ਚ ਕੀਤੇ ਗਏ ਸਨ। ਦਰਬਾਰ ਸਾਹਿਬ 'ਚ ਟੋਟਲ ਸ਼ਹੀਦੀਆਂ ਜਿਹੜੀਆਂ ਨੇ ਉਹ 3-4 ਹਜ਼ਾਰ ਤੋਂ ਵੀ ਜ਼ਿਆਦਾ ਨੇ। 1984 ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ, 4 ਜੂਨ ਨੂੰ ਭਾਰਤੀ ਫੌਜ ਨੇ ਪਟਿਆਲਾ ਦੁੱਖ ਨਿਵਾਰਨ 'ਤੇ ਵੀ ਹਮਲਾ ਕੀਤਾ। ਹੁਣ ਉੱਥੇ ਤਾਂ ਭਿੰਡਰਾਂਵਾਲਾ ਨਹੀਂ ਸੀ ਬੈਠਾ ਹੋਇਆ ਅਤੇ ਨਾ ਹੀ ਉੱਥੇ ਕਿਸੇ ਨੇ ਮੋਰਚੇ ਬਣਾਏ ਹੋਏ ਸਨ, 1 ਵੀ ਬੰਦਾ ਐਸਾ ਨਹੀਂ ਸੀ ਜਿਹਦੇ ਕੋਲ ਉੱਥੇ ਗਨ ਹੋਵੇ। ਸੋ ਇਸ ਹਮਲੇ ਵਿੱਚ ਜਿਹੜਾ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਸਨ, ਜਿਨ੍ਹਾਂ 'ਚ ਹਰੀ ਸਿੰਘ ਪੁੱਤਰ ਨੱਥਾ ਸਿੰਘ, ਮਲਕੀਤ ਸਿੰਘ ਪੁੱਤਰ ਵਿਸਾਖਾ ਸਿੰਘ, ਵਾਸੀ ਬਾਗੜੀਆਂ ਸੰਗਰੂਰ, ਹਰਭਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਨਾਸੂਪੁਰ ਪਟਿਆਲਾ, ਬਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੀਮਾ ਪਿੰਡ ਸੰਗਰੂਰ, ਹਰੀ ਸਿੰਘ ਪੁੱਤਰ ਨੇਕ ਸਿੰਘ ਵਾਸੀ ਚੀਮਾ ਪਿੰਡ ਸੰਗਰੂਰ, ਕਰਨੈਲ ਸਿੰਘ ਪੁੱਤਰ ਬਾਗਾ ਸਿੰਘ ਵਾਸੀ ਕਰੌਜੀਆ ਜ਼ਿਲ੍ਹਾ ਸੰਗਰੂਰ, ਜਸਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੌੜੀ ਵਾਲਾ ਖੂਹ ਲੁਧਿਆਣਾ, ਗੁਰਦਿਆਲ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ, ਮਹਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਟੂਹਾ ਜ਼ਿਲ੍ਹਾ ਸੰਗਰੂਰ, ਬਚਨ ਸਿੰਘ ਪੁੱਤਰ ਤੁਲਸੀ ਰਾਮ ਵਾਸੀ ਅਹਿਮਦ ਨਗਰ ਜ਼ਿਲ੍ਹਾ ਸੰਗਰੂਰ, ਅਹਿਮਦ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੰਜਾਲਾ ਸੰਗਰੂਰ। ਇਹ ਸਾਰੀਆਂ ਸ਼ਹੀਦੀਆਂ ਜਿਹੜੀਆਂ ਨੇ ਇਸ ਪਟਿਆਲਾ ਯਾਨੀ ਮਾਲਵੇ ਦੇ ਇਲਾਕੇ ਦੀਆਂ, ਸੰਗਰੂਰ ਵਗੈਰਾ ਦੀਆਂ ਜਿਹੜੀਆਂ, ਪਟਿਆਲਾ ਸੰਗਰੂਰ ਲੁਧਿਆਣੇ ਦੀਆਂ। ਇਹ 4 ਜੂਨ 1984 'ਚ ਬਿਨਾਂ ਵਜ੍ਹਾ ਭਾਰਤੀ ਫੌਜ ਨੇ ਜਿਹੜਾ ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ 'ਤੇ ਹਮਲਾ ਕੀਤਾ ਉਹਦੇ ਵਿੱਚ ਹੋਈਆਂ ਸਨ। ਫਿਰ 4 ਜੂਨ 1984 ਦੇ ਦਿਨ ਮੁਕਤਸਰ ਵਿੱਚ ਵੀ ਫੌਜ ਨੇ ਐਕਸ਼ਨ ਕੀਤਾ। ਬਿਨਾਂ ਕਾਰਨ ਉੱਥੇ ਕੋਈ ਨਹੀਂ ਸੀਗਾ, ਪਰ ਕਿਉਂਕਿ ਦਹਿਸ਼ਤ ਫੈਲਾਣੀ ਸੀ ਇਸ ਕਰਕੇ ਪਟਿਆਲਾ ਤੋਂ ਬਾਅਦ ਪਟਿਆਲੇ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪਟਿਆਲੇ ਦੇ ਨਾਲ ਮੁਕਤਸਰ ਦੇ ਉੱਤੇ ਵੀ 4 ਜੂਨ 1984 ਦੇ ਦਿਨ ਭਾਰਤੀ ਫੌਜ ਨੇ ਹਮਲਾ ਕੀਤਾ।
तो इस हमले में बहुत सारे सिख शहीद होए। इन्होंने सन गुल्लू सिंह पुत्र फुम्मन सिंह वासी 3060 पट्टी तंबू साहब मुकतसर, करतार सिंह पुत्र सुखचैन सिंह वासी दलीप सिंह वाला जिला फरीदकोट, भुपिंदर सिंह पुत्र जुगराज सिंह वासी भुल्लर वाला जिला गुरदासपुर जिहड़े उत्थे यात्रु सन, जीत सिंह पुत्र भाला सिंह वासी सेख कलां फरीदकोट, भाई विरसा सिंह पुत्र निरंजन सिंह वासी डब वाली ढाब फरीदकोट, चानन सिंह पुत्र लाल सिंह वासी मसकंद जिला फिरोजपुर, लाभ सिंह पुत्र रूट सिंह वासी मटर उताड़ जिला फिरोजपुर, जगन सिंह पुत्र सुजीत सिंह वासी तलवंडी पंगवेड़िया जिला फरीदकोट, अजीत सिंह पुत्र सुचा सिंह वासी कुत्तियां वाली जिला फरीदकोट, अजीत सिंह पुत्र भाई खजान सिंह वासी रत्ताखेड़ा जिला फरीदकोट। ये सन जिहड़े बंदे भारतीय फौज ने बिना वजह हमला करके ते गुरुद्वारा जिहड़ा मुक्तसर जिहड़ा उहदे च शहीद किए गए। 1987 की 4 जून भी जिहड़ा अमरीका की पार्लीमेंट की हिस्टरी दे विच एक इंपॉर्टेंट अहम मौका है। 4 जून 1987 के दिन अमरीका की कांग्रेस अमेरिकन कांग्रेस जिन्हों पार्लीमेंट भी कहते हैं विच पंजाब ते सिख मसले बारे चर्चा हुई। इसते बोलदिया मिस्टर शंवे जिहड़ा MP सी उसने अमरीकन सरकार नूं अपील की कि सिखां ते जुल्म कर रहे भारत नाल उच्च तकनीकी खोज का समझौता जिहड़ा उन्होंने दिनों होया सीगा, उच्ची तकनीकी हाई टैक्निकल रिसर्च का जिहड़ा एग्रीमेंट होया सी उसनों रद्द किया जाए। यह चर्चा करवाउण अते सिखां वास्ते अमरीकन आगुआं की हमायत लैण का सिहरा डॉक्टर गुरमीत सिंह औलख दे सिर है। 1988 की 4 जून की घटना यह है कि इस दिन पुलिस ने जगमेल सिंह उर्फ जग्गा वासी खानपुर जिला लुधियाना एक नकली मुकाबले में शहीद कर दिता। 1991 भी जो नकली मुकाबले शहीद किए गए सिंघां का पता लगता है कि 4 जून 1991 के दिन पंजाब पुलिस ने सुरजन सिंह सरजू, पवित्र सिंह बबर, सुखदेव सिंह वधाई, अमनदीप सिंह उर्फ हैप्पी नकली मुकाबले में शहीद किया। 1992 भी जी एक शहीदियों का पता लगता है। 4 जून 1992 के दिन पुलिस ने रणजीत सिंह ढिलवां रामपुरा फूल दे कोल अते 4 होर सिखां नूं नकली मुकाबले में शहीद किया। 1993 4 जून 1993 के दिन पुलिस ने नाहर सिंह पुत्र आत्मा सिंह वासी अलीपुर खालसा नेड़े महमदपुर जिला संगरूर ते सतनाम सिंह पुत्र जरनैल सिंह वासी कैरों जिला तरन तारण नूं नकली मुकाबले में शहीद किया। 1994 भी जिहड़ा 4 जून 1994 का दिन अमरीका की हिस्टरी जिहड़ा कांग्रेस की हिस्टरी पार्लीमेंट की हिस्टरी अहम दिन है क्योंकि इस दिन दरबार साहब के उत्ते हमले की वरेगंढ के मौके से अमरीका की कांग्रेस के 12 मैंबर ने भारत के पाकिस्तान के विचकार खालिस्तान की बफर स्टेट कायम करने की मंग की और इस मंग वास्ते MPs प्रेरित करने का जिहड़ा वो सिरा भी डॉक्टर गुरमीत सिंह औलख के सिर जाता है। उन्हें ही अमरीकन कांग्रेसी मैन को यह बयान दवाया। सो 4 जून की आखिरी घटना जी है वह 2014 की है कि 2014 4 जून के दिन पायल की लुधियाना जिला की एक अदालत ने डॉक्टर जसपाल सिंह सिद्धू पिता दलजीत सिंह बिट्टू, जसपाल सिंह एडवोकेट मांझीपुर, पलविंदर सिंह तलवाड़ा, पलविंदर सिंह शतराना, मलकीयत सिंह भोतना असला एक्ट हेठ किए दर्ज किए झूठे मुकदमे बाइज्जत बरी कर दिता। उन्होंने पंजाब पुलिस ने 15 अगस्त 2006 के दिन ईस्टू कॉन्फ्रेंस से जाद्या दुराहा टोल बैरियर तो गिरफ़्तार करके झूठा केस पा दिता। उन्होंने 8 साल अदालतों में खज्जल खुआर होना पिया। सन 4 जून दियां सिख हिस्टरी दियां कुछ अहम घटनावां। शुक्रिया।